चोरां ने फगवाड़ा दे सेवा केंद्र नूं बनाया अपना निशाना। देखो किवें चलाकी दे नाल सेवा केंद्र च दाखल हो कीता हादसा। मौके दी तस्वीरां होईयां सीसीटीवी विच कैद। खबर सामने आ रही है फगवाड़ा तो, जहां फगवाड़ा दे सेवा केंद्र ते जिहड़ा है चोरां दे वल्लों निशाना बनाया जांदा है, हाथ साफ कीता जांदा है, सेवा केंद्र विच चोरी की जाती है। दफ्तर च चोर जिहड़े ने बड़ी चलाकी दे नाल दाखल हुंदे ने, हाथ साफ करके मौके ते फरार हुंदे ने। इस मामले की जानकारी दिंदिआं कर्मचारियों दे वल्लों दस्सिया गया है कि जदों सवेरे आके दफ्तर खोलन लगे तो देखिया कि दफ्तर का मेन गेट का ताला जिहड़ा टुटिया होया है, जिस तो बाद अंदर दाखिल होकर देखा गया तो अंदर LED भी चोरी की गई सी, ते नाल ही नाल दफ्तर च पईयां होईयां फाइल्स भी जिहड़ियां बिखरियां होईयां सी। इस मामले की जानकारी पुलिस नूं दित्ती गई ते पुलिस दे वल्लों इस मामले विच की कार्रवाई की जा रही है मौके ते पहुंच के तुहानूं सुनावांगे। हाँ जी सर, सेवा केंद्र में जिहड़ी चोरी हुई मौके ते आए हैं, की मामला है सर? ਉਸ ਮਾਮਲਾ ਰਾਤ ਸਵੇਰੇ ਇਹਨਾਂ ਨੂੰ ਕਰਮਚਾਰੀ ਆਇਆ ਕੰਪਿਊਟਰ ਆਇਆ ਮਿਲਦਰ ਕੋਲ, ਉਹਨਾਂ ਨੇ ਜਦੋਂ ਅੱਜ ਸਵੇਰੇ ਦੇਖਿਆ ਵੀ ਜਿਹੜੇ ਇਹਦੇ ਲੋਕ ਸੇਵਾ ਕੇਂਦਰ ਦੇ ਬਾਹਰ ਫੁੱਟੇ ਪਏ ਸੀ, ਜਦੋਂ ਇਹਨਾਂ ਨੇ ਅੰਦਰ ਆ ਕੇ ਦੇਖਿਆ ਤਾਂ LCD ਇਹਨਾਂ ਦੇ ਉੱਤੋਂ ਲਾਇਆ ਗਿਆ ਸੀ, ਬਾਕੀ ਜਿਹੜੇ ਹੋਰ ਪਹਿਲਾਂ ਫੁੱਲਾਂ ਉਹਨਾਂ ਨੇ ਟੋਟੀਆਂ ਗਈਆਂ, ਪਰ ਉਸ ਤੋਂ ਬਾਅਦ ਹੋਰ ਕੋਈ ਨੁਕਸਾਨ ਨਹੀਂ ਹੋਇਆ। LED ਲੱਗ ਗਿਆ ਸਰ, ਕਿੰਨਾ ਕੁ ਨੁਕਸਾਨ ਹੋਇਆ? ਕੋਈ ਕੈਸ਼ ਵਗੈਰਾ ਵੀ ਲੈ ਕੇ ਆਏ? ਨਹੀਂ, ਕੈਸ਼ ਵਗੈਰਾ ਤਾਂ ਉਹਨਾਂ ਨੇ ਨਹੀਂ ਲਿਆ, ਸਿਰਫ LED ਲਿਆ ਅਤੇ ਬਾਕੀ ਜਿਹੜੀਆਂ ਦੂਸਰੀਆਂ ਆਪਣੀਆਂ ਪਹਿਲਾਂ ਆ, ਪਹਿਲਾਂ ਵੀ ਫੁੱਲਾ ਪਰਾਲੀ ਉਹਨਾਂ ਨੇ ਕੀਤੀ ਆ, ਕੋਈ ਗੱਲ ਕਿਤੇ ਸੀਗਾ ਕੋਈ ਦੇਖ ਸਕਦੇ। ਅਤੇ ਸਰ, ਇੱਕ ਸੇਵਾ ਕੇਂਦਰ ਦੇ ਕਰਮਚਾਰੀ ਨੇ ਕਿਹਾ ਵੀ ਸਵੇਰ ਦੀ ਕੰਪਲੇਂਟ ਕੀਤੀ ਆ ਵੀ ਪੁਲਿਸ ਕੋਈ ਮੁਲਾਜ਼ਮ ਨਹੀਂ ਆਇਆ, ਵੀ ਇੰਨੀ ਦੇਰੀ ਨਾਲ ਆਉਣ ਦਾ ਕਾਰਨ ਕੀ ਆ? ਇਹ ਤਾਂ ਸਹੀ, ਜਿੱਦਾਂ ਹੁਣ 9 ਵਜੇ ਇਹਨਾਂ ਨੇ ਸਾਡੇ 9 ਵਜੇ ਕਹਿੰਦੇ ਦਰਖਾਸਤ ਦਿੱਤੀ ਆ, ਉਸ ਵਿੱਚ ਸਾਡੇ ਮੁਲਾਜ਼ਮ ਜਿਹੜੇ ਸੀਗੇ ਕੋਰਟ ਵਿੱਚ ਗਏ ਹੋਣ ਕਰਕੇ ਉਹਨਾਂ ਦੇ ਤਾਂ ਫਿਰ ਪਤਾ ਲੱਗਾ ਵੀ ਆਹ ਗੱਲ ਬਾਤ ਦਰਖਾਸਤ ਦੇ ਕੇ ਗਏ, ਇਸ ਕਰਕੇ ਹੁਣ ਮੌਕੇ ਪਰ ਪਹੁੰਚੇ। ਅਤੇ ਹੁਣ ਸਰ ਕੀ ਕਾਰਵਾਈ ਕੀਤੀ ਜਾ ਰਹੀ? ਡਰ ਪਾ ਜੀ ਦੇਖ ਕੇ ਸਾਰੀ ਕਾਨੂੰਨੀ ਕਾਰਵਾਈ ਉਹਦੇ ਵਿੱਚ ਲੈ। ਕੋਈ ਸਰ CCTV ਵੀਡੀਓ ਵੀ ਤੁਸੀਂ ਚੈੱਕ ਕੀਤੀ? ਚੈੱਕ ਨਹੀਂ ਹਾਲੇ ਕਰਨੇ ਪੈਣੇ, ਜਿੰਨੇ ਵਾਲੇ ਕੋਲ ਕੈਮਰੇ ਉਹਨਾਂ ਦੇ ਕੈਮਰੇ ਦਾ ਆਪੇ ਚੈੱਕ ਕਰਕੇ ਫਿਰ ਬਾਕੀ ਕਰ ਦੋ। ਹਾਂਜੀ ਭਾਜੀ, ਕੀ ਨਾਮ ਹੈ ਤੁਹਾਡਾ? ਮੇਰਾ ਕੁਲਵਿੰਦਰ ਸਿੰਘ ਭਾਜੀ। ਕੀ ਮਾਮਲਾ ਜਿਹੜਾ ਭਾਜੀ ਅੱਜ ਇੱਥੇ ਸੇਵਾ ਕੇਂਦਰ ਦੇ ਵਿੱਚ ਚੋਰੀ ਹੋਈ? ਭਾਜੀ ਅਸੀਂ ਸਵੇਰੇ ਜਿੱਦਾਂ ਮੈਡਮ 8 ਵਜੇ ਤੋਂ ਪਹਿਲਾਂ ਆਏ ਆ, ਉਹਨਾਂ ਆ ਕੇ ਦੇਖਿਆ ਤੇ ਲੋਕ ਟੁੱਟਾ ਹੋਇਆ ਸੀ, 3 ਲੋਕ ਹੈ, 3 ਟੁੱਟੇ ਹੋਏ ਸੀਗੇ। ਓਕੇ। ਫਿਰ ਅੰਦਰ ਜਾ ਕੇ ਦੇਖਿਆ ਸਾਰਾ ਫਾਈਲਾਂ ਫੁਲਾਂ ਸਾਰਾ A to Z ਜਿਹੜੇ ਵੀ ਡਰੋ ਸਾਰੇ ਖੋਲੇ ਸੀ, ਖਲਾਰਾ ਸਾਰਾ ਪਿਆ ਹੋਇਆ ਸੀਗਾ। ਮੁੜ ਕੇ ਮੈਡਮ LCD ਦੇਖੀ, LCD ਵੀ ਹੈਨੀ ਸੀ, ਤੇ ਫਿਰ ਉਹਨਾਂ ਨੇ ਸਾਡੇ ਸੀਨੀਅਰ ਨੂੰ ਫੋਨ ਕੀਤਾ, ਉਹਨਾਂ ਨੇ ਕੋਈ ਜਾਣਕਾਰੀ ਉਹਨਾਂ ਨੂੰ ਦਿੱਤੀ, ਠੀਕ ਹੈ ਜੀ। ਫਿਰ ਮੁੜ ਕੇ ਅਸੀਂ 8:15 ਕੰਟਰੋਲ ਰੂਮ 'ਤੇ ਫੋਨ ਕੀਤਾ ਅਤੇ ਉਹ ਕਹਿੰਦੇ ਕੋਈ ਨਹੀਂ ਸੀ ਭੇਜਦੇ ਹਾਂ, ਅਤੇ ਫਿਰ ਇੱਕ ਪੁਲਿਸ ਵਾਲੇ ਆਏ ਸੀਗੇ, ਉਹ ਸਿਰਫ ਫੋਟੋ ਖਿੱਚ ਕੇ ਲੈ ਗਏ, ਹੋਰ ਕੁਛ ਨਹੀਂ ਕੀਤਾ ਉਹਨਾਂ ਨੇ ਜੀ, ਠੀਕ ਹੈ ਜੀ। ਫਿਰ ਕਹਿੰਦੇ ਕੋਈ ਬੰਦਾ ਆਊਗਾ ਜੀ, ਜਿੱਦਾਂ ਹੁਣ ਤੁਹਾਡੇ ਕੋਲ ਲੋਕ ਆ ਰਹੇ ਆ ਵੀ ਕੰਮ ਕਰਾਉਣ ਲਈ ਆ ਰਹੇ ਆ, ਵੀ ਅੰਦਰ ਸਮਾਨ ਸਾਰਾ ਖਿੰਦਰਿਆ ਪਿਆ ਆ, ਉਹ ਕੀ ਕਿੱਦਾਂ ਕੰਮ ਹੁਣ ਲੋਕਾਂ ਦਾ ਦੁਬਾਰਾ ਸ਼ੁਰੂ ਕਰੂੰਗੇ ਸਰ? ਹੁਣ ਪੂਰੀ ਕਾਰਵਾਈ ਲਈ ਕਰੂਗੇ, ਦੇਖੂਗੇ, ਉਸ ਤੋਂ ਬਾਅਦ ਹੀ ਆਪਾਂ ਖਲਾਰਾ ਇਕੱਠਾ ਕਰ ਸਕਦੇ ਨਾ ਜੀ, ਜੇ ਅਸੀਂ ਸਮਾਨ ਚੱਕ ਲਿਆ ਫਿਰ ਅਗਲੇ ਮੁੜ ਕੇ ਕਹਿੰਦਾ ਖਲਾਰਾ ਕਿੱਥੇ ਹੈ ਜੀ। ਨਹੀਂ ਤੁਸੀਂ ਕੋਈ ਲੈਕਟੀ ਸ਼ਿਕਾਇਤ ਵੀ ਦੇ ਗਏ? ਅਸੀਂ ਹਾਂਜੀ, ਮੈਂ ਸਿਟੀ ਥਾਣੇ ਦੇ ਕੇ ਆਇਆ ਜੀ, ਲਗਭਗ 11 ਵਜੇ ਲਿਖਾ ਕੇ ਆਏ ਆ। ਹਾਂਜੀ, ਉਹ ਵੀ ਅਸੀਂ ਲੈ ਕੇ ਆਏ ਆ ਲਿਖਾ ਕੇ। ਤੇ ਉੱਥੋਂ ਕੋਈ ਮੁਲਾਜ਼ਮ ਆਇਆ ਤੁਹਾਡੇ ਕੋਲ? ਉੱਥੋਂ ਆਇਆ ਨਹੀਂ ਜੀ, ਉੱਥੋਂ ਕਹਿੰਦੇ ਸੀ ਵੀ ਆਣਗੇ, ਪਰ ਉਹ ਮੁਲਾਜ਼ਮ ਨੂੰ ਸਾਨੂੰ ਫੋਨ ਕੀਤਾ, ਉਹ ਕਹਿੰਦੇ ਵੀ ਮੈਂ ਕਚਹਿਰੀ ਆ, ਕਹਿੰਦੇ ਉਹਨਾਂ ਦੀ ਗਵਾਹੀ ਆ, ਕਹਿੰਦੇ ਉਸ ਤੋਂ ਬਾਅਦ PC ਆ ਗਿਆ ਹੁਣ ਆਏ। ਤੇ ਤੁਹਾਡਾ ਅੰਦਰ ਕਿੰਨਾ ਕੁ ਨੁਕਸਾਨ ਹੋ ਗਿਆ? ਸਾਡੀ ਇੱਕ LCD ਲੈ ਗਏ ਜੀ ਲਾ ਕੇ, ਬਾਕੀ ਫਾਈਲਾਂ ਹਲੇ ਅਸੀਂ ਦੇਖਿਆ ਨਹੀਂ ਕੀ ਹੋਸ਼ੇਗਾ, ਸਾਰਾ ਖਲਾਰਾ ਪਿਆ ਹੋਇਆ। ਜਿੱਦਾਂ ਇੱਥੇ ਪਹਿਲਾਂ ਵੀ ਕੋਈ ਚੋਰੀ ਹੋ ਚੁੱਕੀ ਹੈ? ਪਹਿਲਾਂ ਵੀ ਕਾਫੀ ਵਾਰ ਚੋਰੀ ਹੋ ਚੁੱਕੀ ਆ, ਲਗਭਗ 2 ਮਹੀਨੇ ਬਾਅਦ ਜਨਰੇਟਰ ਕੁਛ ਨਾ ਕੁਛ ਲਾਇਆ ਹੀ ਹੁੰਦਾ ਜਨਰੇਟਰ। ਤਕਰੀਬਨ ਕਿੰਨੀ ਚੋਰੀ ਹੋ ਚੁੱਕੀ ਹੈ? ਲਗਭਗ 10-12 ਵਾਰੀ ਹੋ ਚੁੱਕੀ ਹੈ ਜੀ ਹੁਣ ਤੱਕ। ਇਸੇ ਸੇਵਾ ਕੇਂਦਰ? ਹਾਂਜੀ। ਤੇ ਤੁਸੀਂ ਕਿੰਨੇ ਇੱਥੇ ਵਰਕਰ ਜਿਹੜੇ ਕੰਮ ਕਰਦੇ ਟੋਟਲ? ਅਸੀਂ ਟੋਟਲ 6 ਹਾਂ। 6 ਬੰਦੇ ਇੱਥੇ? ਤੇ ਕੋਈ ਇਹਦੀ CCTV ਵਗੈਰਾ ਕੱਢੀ? ਹਾਂਜੀ ਕੱਢੀ ਹੋ। ਤੇ ਹੁਣ ਜਿੱਦਾਂ ਮੌਕੇ ਤੇ ਹਜੇ ਤੱਕ ਤੁਹਾਡੇ ਕਹਿਣ ਅਨੁਸਾਰ ਵੀ ਪੁਲਿਸ ਨਹੀਂ ਆਈ, ਕੀ ਤੁਸੀਂ ਸੀਨੀਅਰ ਅਧਿਕਾਰੀਆਂ ਤੋਂ ਮੰਗ ਕਰਦੇ ਆ? ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਇੱਥੇ ਗਸ਼ਤ ਵਧਾਈ ਜਾਵੇ ਜੀ, ਠੀਕ ਹੈ ਜੀ, ਤੇ ਥੋੜਾ ਹੱਲ ਕੀਤਾ ਜਾਵੇ ਕਿ ਵਾਰ-ਵਾਰ ਚੋਰੀ ਹੋ ਰਹੀ ਹੈ ਤੇ ਅਸੀਂ ਪਰੇਸ਼ਾਨ ਹੋ ਰਹੇ ਆ, ਜਿਹੜੇ ਲੋਕਾਂ ਦੇ ਉਹ ਵੀ ਪਰੇਸ਼ਾਨ ਹੋ ਰਹੇ ਆ ਜੀ। ਮੇਰਾ ਨਾਮ ਰਮਿੰਦਰ ਕੌਰ ਆ। ਹਾਂਜੀ, ਮਾਮਲਾ ਕੀ ਆ ਮੈਡਮ ਅੱਜ ਜਿਹੜਾ ਤੁਸੀਂ ਇੱਥੇ ਆਏ ਹੋ? ਜਦੋਂ ਸਵੇਰੇ ਅੱਜ ਮੈਂ 8 ਵਜੇ ਆਪਣੀ ਡਿਊਟੀ ਦੇ ਟਾਈਮ 'ਤੇ ਇੱਥੇ ਆਈ ਤਾਂ ਮੈਂ ਆ ਕੇ ਦੇਖਿਆ ਕਿ ਇੱਥੇ ਚੋਰੀ ਹੋਈ ਸੀ, ਸੈਂਟਰ ਦਾ ਜਿਹੜਾ ਮੇਨ ਜਿਹੜਾ ਸੀਗਾ ਤਾਲਾ ਤੋੜਿਆ ਹੋਇਆ ਸੀਗਾ, ਅਤੇ ਆ ਕੇ ਜਦੋਂ ਅੰਦਰ ਆ ਕੇ ਦੇਖਿਆ ਤਾਂ ਸਾਰਾ ਪੋਲਾ ਪਾਲੀ ਕੀਤੀ ਹੋਈ ਸੀਗੀ, ਸਾਰੇ ਡਰੋਵਾਂ ਦੇ ਵਿੱਚੋਂ ਫਾਈਲਸ ਨਿਕਲੀਆਂ ਵਿਖਰੀਆਂ ਹੋਈਆਂ ਸਨ, ਅਤੇ ਜਿਹੜੀ ਮੈਂ ਜਦੋਂ ਬਾਹਰ ਨੂੰ ਇੱਥੇ ਧਿਆਨ ਮਾਰਿਆ ਸਕਰੀਨ ਸਾਡੀ ਜਿਹੜੀ LED ਦੀ ਜਿਹੜੀ ਆ ਉਹ ਨਹੀਂ ਸੀ। ਮੈਡਮ ਨੁਕਸਾਨ ਕਿੰਨਾ ਹੋ ਗਿਆ ਆਪਣਾ? ਨੁਕਸਾਨ ਅੰਦਰ ਸਾਡਾ LED ਜਿਹੜੀ ਆ ਉਹ ਨਹੀਂ ਹੈਗੀ, ਅਤੇ ਬਾਕੀ ਅੰਦਰ ਹਜੇ ਫਾਈਲਸ ਅਸੀਂ ਚੈੱਕ ਨਹੀਂ ਕੀਤੀਆਂ ਹੈਗੀਆਂ, ਫਾਈਲਸ ਦੇ ਵਿੱਚੋਂ ਵੀ 1-2 ਫਾਈਲਸ ਇੱਧਰ ਉੱਧਰ ਹੈਗੀਆਂ। ਲਗਭਗ ਲੋਸ ਕਿੰਨਾ ਹੋ ਗਿਆ? ਲਗਭਗ ਲੋਸ ਸਾਡਾ ਹੈਗਾ ਆ ਜੀ, LCD ਦਾ ਲੋਸ ਹੈ, ਕੈਸ਼ ਸੀਗਾ 500-700 ਰੁਪਇਆ ਅੰਦਰ ਪਿਆ, ਅਤੇ ਸਾਡੀਆਂ ਫਾਈਲਸ ਦਾ ਹੈ।
ਕੋਈ ਕੰਪਿਊਟਰ ਵਗੈਰਾ ਤਾਂ ਨਹੀਂ ਲੈ ਗਏ? ਨਹੀਂ ਕੰਪਿਊਟਰ ਵਗੈਰਾ, ਬਾਕੀ ਸਾਰਾ ਡੈਸਕਟਾਪ ਵਗੈਰਾ ਸਭ ਕੁਝ ਓਕੇ ਆ, ਸਿਰਫ ਐਲਈਡੀ ਨਹੀਂ ਹੈ। ਤੁਸੀਂ ਕਿੰਨੇ ਕੁ ਵਜੇ ਆਏ ਆ? ਮੈਂ ਇੱਥੇ ਆਈ ਆ ਜੀ 7:57 ਤੇ ਲੋਕ ਟੁੱਟੇ ਹੋਏ ਸੀ ਪਹਿਲੇ। ਹਾਂਜੀ ਲੋਕ ਪਹਿਲੇ ਟੋੜੇ ਹੋਏ ਸੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੁਸੀਂ? ਹਾਂਜੀ ਸਵੇਰੇ 8:15 ਨਾਲ ਅਸੀਂ ਫੋਨ ਕੀਤਾ, ਠੀਕ ਹੈ। ਉਸ ਤੋਂ ਬਾਅਦ ਕੋਈ ਵੀ ਇੱਥੇ ਮਤਲਬ ਨਹੀਂ ਪਹੁੰਚਿਆ ਸੀ, 9:15 ਤੱਕ ਕੋਈ ਨਹੀਂ ਆਇਆ। फगवाड़ा तो यश शर्मा की रिपोर्ट। फगवाड़ा दे विच आशू दी हट्टी दा खुला चैलेंज, जित्थों तुहानू मिलणगे शहर विच सब तो सस्ते रेट ते सूट लहंगे साड़ियां ते प्लाजो। आशू दी हट्टी दा एक ही वादा, तुहानू मिलणगे वधिया क्वालिटी दे कपड़े, पर रेट नहीं होवेगा ज्यादा। एक बार विजिट जरूर करो आशू दी हट्टी, ऑपोजिट बस स्टैंड फगवाड़ा।